ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ, ਲਾਈਵ ਕਵਰੇਜ ਲਈ ਸੰਪਰਕ ਕਰੋ। ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ। ਮੈਂ ਜੀਵਨ ਮਾਲ, ਬਲਾਕ ਸੰਮਤੀ ਮੈਂਬਰ ਸਾਬਕਾ, ਪਿੰਡ ਮਾਲਾ ਤੋਂ। ਆਪਾਂ ਗੱਲ ਕਰ ਰਹੇ ਹਾਂ ਜੀ ਅੱਜ ਇਸ ਵਿਸ਼ੇ ਤੇ, ਜੋ ਕਰੋਨਾ ਦੀ ਮਹਾਂਮਾਰੀ ਚੱਲ ਰਹੀ ਆ, ਇਹਦੇ ਵਿੱਚ ਬਹੁਤ ਜ਼ਿਆਦਾ ਲੋਕਾਂ ਨੂੰ ਪ੍ਰੋਬਲਮਾਂ ਸਹਿਣੀਆਂ ਪੈ ਰਹੀਆਂ ਜੀ। ਸਭ ਤੋਂ ਜ਼ਿਆਦਾ ਵੱਡੀ ਪ੍ਰੋਬਲਮ ਤਾਂ ਲੋਕਾਂ ਨੂੰ ਰਾਸ਼ਨ ਦੀ, ਪੈਸੇ ਦੀ ਤਾਂ ਪ੍ਰੋਬਲਮ ਹੈਗੀ ਆ, ਰਾਸ਼ਨ ਦੀ ਤਾਂ ਬਹੁਤ ਜ਼ਿਆਦਾ ਟੂ ਮੱਚ ਪ੍ਰੋਬਲਮ ਹੈਗੀ ਆ। ਔਰ ਸਰਕਾਰਾਂ ਸਾਨੂੰ ਰਾਸ਼ਨ ਘੱਲ ਵੀ ਰਹੀਆਂ, ਸੈਂਟਰ ਸਰਕਾਰ ਨੇ ਵੀ ਘੱਲਿਆ ਹੈਗਾ ਰਾਸ਼ਨ, ਅਤੇ ਪੰਜਾਬ ਸਰਕਾਰ ਵੀ ਸਾਨੂੰ ਪ੍ਰੋਵਾਈਡ ਕਰ ਰਹੀ ਆ ਰਾਸ਼ਨ, ਅਤੇ ਪ੍ਰੋਬਲਮ ਇੱਥੇ ਆ ਕੇ ਆ ਰਹੀ ਆ। ਰਾਸ਼ਨ ਕਿਹਨਾਂ ਲੋਕਾਂ ਨੂੰ ਚਾਹੀਦਾ, ਉਹਨਾਂ ਲੋਕਾਂ ਨੂੰ ਰਾਸ਼ਨ ਮਿਲ ਨਹੀਂ ਰਿਹਾ ਜੀ, ਔਰ ਕਈਆਂ ਰਾਸ਼ਨ ਨਹੀਂ ਹੁੰਦੀ ਹੈਗੀ। ਔਰ ਸਾਡੇ ਲੀਡਰ ਕੀ ਕਰਦੇ ਆ, ਆਪਣੇ ਆਪਣੇ ਕਿੱਥੇ ਕਿੱਥੇ ਇਹਨਾਂ ਦੇ ਲਿੰਕ ਆ, ਉਹਨਾਂ ਨੂੰ ਰਾਸ਼ਨ ਦੇ ਦਿੰਦੇ ਹੈਗੇ ਆ। ਜੇ ਮੰਨ ਲਓ 50 ਕਿੱਟਾਂ ਵੰਡਣੀਆਂ ਅਤੇ 500 ਤੋਂ 700 ਲੋਕਾਂ ਨੂੰ ਇਕੱਠਾ ਕਰ ਲੈਂਦੇ ਆ, ਉੱਥੇ ਰਸ਼ ਬਹੁਤ ਹੀ ਜ਼ਿਆਦਾ ਪੈ ਜਾਂਦਾ ਹੈਗਾ ਜੀ। ਜਦੋਂ ਰਸ਼ ਪੈਣਾ ਜੀ, ਉੱਥੇ ਕਿਸੇ ਬੰਦੇ ਨੂੰ ਵੀ ਕਰੋਨਾ ਹੋ ਸਕਦਾ ਹੈਗਾ। ਜੇ ਕਰੋਨਾ ਹੋਏਗਾ ਤਾਂ ਪੰਜਾਬ ਦੀ ਹੋਰ ਵੀ ਵੱਡੀ ਮੁਸ਼ਕਲ ਵਧੇਗੀ, ਕਿਉਂਕਿ ਲੋਕਡਾਊਨ ਤਾਂ ਅੱਗੇ ਦੇ ਖੁੱਲ੍ਹਣ ਦਾ ਨਾਂ ਲੈਂਦਾ ਪਿਆ ਹੈਗਾ ਜੀ, ਅਤੇ ਉਹਦੀ ਬਹੁਤ ਵੱਡੀ ਪ੍ਰੋਬਲਮ ਖੜ੍ਹੀ ਹੋ ਜਾਣੀ ਆ। ਇਸ ਕਰਕੇ ਮੇਰਾ ਤਾਂ ਸੁਝਾਅ ਇਹ ਆ ਸਰਕਾਰ ਨੂੰ ਅਤੇ DC ਸਾਹਿਬ ਨੂੰ ਵੀ, ਜੋ ਰਾਸ਼ਨ ਵੰਡਣ ਦਾ ਕੰਮ ਨਾ ਤਾਂ ਕੋਈ MC, ਨਾ ਕੋਈ ਮੰਤਰੀ, ਨਾ ਕੋਈ ਪਿੰਡ ਦਾ ਪੰਚ ਅਤੇ ਨਾ ਕੋਈ ਸਰਪੰਚ ਕਰੇ, ਕਿਉਂਕਿ ਗੌਰਮੈਂਟ ਕੋਲ ਆਲਰੇਡੀ ਡਾਟਾ ਪਿਆ ਹੋਇਆ ਸਾਰਿਆਂ ਦਾ, ਹਰ ਇੱਕ ਬੰਦੇ ਦਾ, ਪੰਜਾਬ ਦੇ ਜਾਂ ਪਿੰਡ ਵਿੱਚ ਰਹਿੰਦਾ ਚਾਹੇ ਸ਼ਹਿਰ 'ਚ ਰਹਿੰਦਾ, ਹਰ ਇੱਕ ਬੰਦੇ ਦਾ ਡਾਟਾ ਇਸ ਤਰ੍ਹਾਂ ਪਿਆ ਹੈਗਾ ਜੀ। ਮੈਂ ਦੇਖੋ ਵਾਰ ਵਾਰ ਅਪੀਲ ਕਰਦਾ ਸਰਕਾਰ ਨੂੰ, ਜੋ ਫੂਡ ਮਹਿਕਮਾ ਹੈਗਾ, ਫੂਡ ਸਪਲਾਈ ਮਹਿਕਮਾ ਦੇ ਉੱਚ ਅਧਿਕਾਰੀ ਹੈਗੇ ਆ, ਉਹਨਾਂ ਦੀਆਂ ਮੰਡੀਆਂ ਦੇ ਵਿੱਚ ਵੀ ਡਿਊਟੀਆਂ ਲੱਗੀਆਂ ਸੀ ਜਦੋਂ ਕਣਕ ਆਈ ਮੰਡੀਆਂ ਵਿੱਚ, ਉਹਨਾਂ ਬੰਦਿਆਂ ਦੀ ਡਿਊਟੀ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਵੀ ਲਾ ਸਕਦੇ, ਕਿਉਂਕਿ ਨੀਲੇ ਕਾਰਡ ਵੀ ਇਹ ਮਹਿਕਮਾ ਬਣਾ ਰਿਹਾ ਜੀ। ਉਸ ਤੋਂ ਬਾਅਦ ਲੈਣ ਸਾਥ ਜੋ ਪਿੰਡਾਂ ਦੇ ਵਿੱਚ ਸਕੂਲ ਆ, ਸਕੂਲ ਦੇ ਵਿੱਚ ਟੀਚਰ ਆ ਇਸ ਟਾਈਮ ਬਿਲਕੁਲ ਫ੍ਰੀ ਬੈਠੇ ਆ, ਉਹਨਾਂ ਨੂੰ ਲਿਸਟਾਂ ਬਣਾ ਕੇ ਦੇਣ, ਉਹ ਇਕੱਲੇ ਇਕੱਲੇ ਘਰ ਦੇ ਵਿੱਚ ਰਾਸ਼ਨ ਨੂੰ ਪ੍ਰੋਵਾਈਡ ਕਰਨ, ਕਿਉਂਕਿ ਜ਼ਿਆਦਾ ਰਸ਼ ਪਾਉਣ ਦੀ ਕੋਈ ਲੋੜ ਨਹੀਂ ਹੈਗੀ। ਹੁਣ ਮੈਂ ਮੰਤਰੀਆਂ ਮੂਹਰੇ ਵੀ ਅਤੇ ਲੀਡਰਾਂ ਮੂਹਰੇ ਵੀ ਹੱਥ ਜੋੜ ਕੇ ਬੇਨਤੀ ਕਰਦਾ ਵੀ ਭਰਾ, ਵੀ ਰਾਜਨੀਤੀ ਕਰਨੀ ਛੱਡੋ, ਸਾਰਿਆਂ ਨੂੰ ਬਰਾਬਰ ਰੱਖੋ, ਕਿਉਂਕਿ ਦੁਨੀਆ ਬਹੁਤ ਜ਼ਿਆਦਾ ਪਰੇਸ਼ਾਨੀ ਵਿੱਚ ਹੈਗੀ ਆ, ਬਹੁਤ ਜ਼ਿਆਦਾ ਪਰੇਸ਼ਾਨੀ ਸਹਿ ਰਹੀ ਆ। ਲੋਕ ਦੇਖੋ ਰੋਡਾਂ ਦੇ ਉੱਤੇ ਤੁਰ ਕੇ 2-2 ਹਜ਼ਾਰ ਕਿਲੋਮੀਟਰ ਜਾ ਰਹੇ ਆ, ਕਿਉਂਕਿ ਇਸੇ ਕਰਕੇ ਜਾ ਰਹੇ ਆ, ਉਹ ਪਰੇਸ਼ਾਨ ਆ ਜੀ ਉਹ। ਅਤੇ ਬਾਕੀ ਜਿਹੜੇ ਪੰਜਾਬੀ ਆ, ਪੰਜਾਬ ਦੇ ਵਿੱਚ ਰਹਿ ਰਹੇ, ਪਰੇਸ਼ਾਨ ਉਹ ਵੀ ਆ, ਚਾਹੇ ਉਹ ਮੀਡੀਅਮ ਲੋਕ ਆ ਚਾਹੇ ਗਰੀਬ ਲੋਕ ਆ, ਉਹ ਜ਼ਿਆਦਾ ਪਰੇਸ਼ਾਨ ਆ, ਕਿਉਂਕਿ ਮੀਡੀਅਮ ਤਾਂ ਜ਼ਿਆਦਾ ਹੀ ਪਰੇਸ਼ਾਨ ਆ, ਕਿਉਂਕਿ ਉਹਨੂੰ ਕੋਈ ਪੁੱਛਦਾ ਹੀ ਨਹੀਂਗਾ। ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਇੱਕ ਹੋ ਕੇ ਚੱਲਣਾ ਪਏਗਾ, ਆਪਾਂ ਨੂੰ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ, ਰਾਜਨੀਤੀ ਬਿਲਕੁਲ ਨਹੀਂ ਹੋਣੀ ਚਾਹੀਦੀ। ਅਤੇ ਰਾਜਨੀਤੀ ਜੇ ਆਪਾਂ ਕਰਾਂਗੇ, ਕਰੋਨਾ ਦੇ ਵਿੱਚ ਆਪਾਂ ਹੋਰ ਜ਼ਿਆਦਾ ਫਸਾਂਗੇ, ਪ੍ਰੋਬਲਮ ਸਾਰਿਆਂ ਦੇ ਘਰਾਂ ਤੱਕ ਅੱਗ ਪਹੁੰਚੇਗੀ ਕਰੋਨਾ ਦੀ, ਇਸ ਤਰ੍ਹਾਂ ਆਪਾਂ ਰਸ਼ ਪਾ ਲੈਂਦੇ ਹਾਂ, ਕਿਉਂਕਿ ਉੱਥੇ ਕਰੋਨਾ ਆਉਣਾ ਤਾਂ ਅੱਗ ਤੁਹਾਡੇ ਵੀ ਘਰਾਂ ਤੱਕ ਪਹੁੰਚੇਗੀ, ਕਰੋਨਾ ਦੀ ਸਾਡੇ ਘਰਾਂ ਤੱਕ ਵੀ ਪਹੁੰਚੇਗੀ, ਕਿਉਂਕਿ ਕਰੋਨਾ ਨੇ ਕਿਸੇ ਨੂੰ ਮਾਫ਼ ਨਹੀਂ ਕਰਨਾ। ਮੈਂ ਇਸ ਕਰਕੇ ਫਿਰ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਸਿਰਫ ਪੰਚ ਸਰਪੰਚ ਜਾਂ ਕੋਈ ਮੰਤਰੀ ਜਾਂ ਕੋਈ MC ਇਹ ਰਾਸ਼ਨ ਵੰਡਣ ਦਾ ਕੰਮ ਬਿਲਕੁਲ ਇਹਨਾਂ ਨੂੰ ਦਿਓ, ਕਿਉਂਕਿ ਆਪਣੇ ਆਪਣੀਆਂ ਵੋਟਾਂ ਨੂੰ ਤਿਆਰ ਕਰਦੇ ਆ ਇਹ। ਹਰ ਇੱਕ ਬੰਦੇ ਨੂੰ ਚਾਹੇ ਕਿਸੇ ਵੀ ਪਾਰਟੀ ਦਾ, ਹਰ ਇੱਕ ਬੰਦੇ ਨੂੰ ਰਾਸ਼ਨ ਮਿਲਣਾ ਚਾਹੀਦਾ, ਮੇਰੀ ਤਾਂ ਇਹੀ ਹੱਥ ਜੋੜ ਕੇ ਬੇਨਤੀ ਹੈ ਜੀ। ਬਾਕੀ ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ।